ਹਲਕੇ ਦੇ ਫੌਜੀ ਸਿਪਾਹੀ ਤਰਲੋਚਨ ਸਿੰਘ ਸ਼ਹੀਦ ਹੋ ਗਏ। ਤਰਲੋਚਨ ਸਿੰਘ ਦੀ ਡਿਊਟੀ ਲੇਹ ਲਦਾਖ ਚ ਲੱਗੀ ਹੋਈ ਸੀ। 2013 ਚ ਤਰਲੋਚਨ ਸਿੰਘ ਫੌਜ ਚ ਭਰਤੀ ਹੁੰਦੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਡਿਊਟੀ ਲੇਹ ਲਦਾਖ ਲੱਗ ਜਾਂਦੀ ਹੈ, ਜਿੱਥੇ ਠੰਡ ਜ਼ਿਆਦਾ ਹੋਣ ਕਰਕੇ ਤਰਲੋਚਨ ਸਿੰਘ ਦੀ ਸਿਹਤ ਵਿਗੜ ਜਾਂਦੀ ਹੈ। ਫਿਰ ਉਹਨਾਂ ਨੂੰ ਮਿਲਟਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ। ਵੱਖ ਵੱਖ ਹਸਪਤਾਲਾਂ ਚ ਇਲਾਜ ਦੇ ਲਈ ਤਰਲੋਚਨ ਸਿੰਘ ਨੂੰ ਭਰਤੀ ਕਰਵਾਇਆ ਜਾਂਦਾ। ਇਸ ਤੋਂ ਬਾਅਦ ਦਿੱਲੀ ਦੇ ਹਸਪਤਾਲ ਚ ਤਰਲੋਚਨ ਸਿੰਘ ਨੂੰ ਭਰਤੀ ਕਰਵਾਇਆ ਗਿਆ, ਜਿੱਥੇ ਤਰਲੋਚਨ ਸਿੰਘ ਨੇ ਆਪਣੇ ਆਖਰੀ ਸਾਹ ਲਏ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਪਰਿਵਾਰ ਨੂੰ ਆਸਾਂ ਉਮੀਦਾਂ ਜ਼ਰੂਰ ਸੀ ਕਿ ਤਰਲੋਚਨ ਸਿੰਘ ਦੀ ਜਾਨ ਬਚ ਜਾਵੇਗੀ, ਪਰ ਆਖਿਰਕਾਰ ਤਰਲੋਚਨ ਸਿੰਘ ਨੇ ਆਪਣੇ ਆਖਰੀ ਸਾਹ ਦਿੱਲੀ ਦੇ ਹਸਪਤਾਲ ਚ ਲੈ ਲਏ। ਪਰਿਵਾਰ ਦੀਆਂ ਆਸਾਂ ਉਮੀਦਾਂ ਟੁੱਟ ਗਈਆਂ। ਪਰਿਵਾਰ ਰੋ ਰਿਹਾ ਕਿ ਅਸੀਂ ਤਾਂ ਆਪਣੇ ਪੁੱਤ ਨੂੰ ਦੇਸ਼ ਦੀ ਰੱਖਿਆ ਕਰਨ ਦੇ ਲਈ ਭੇਜਿਆ ਸੀ, ਸਾਨੂੰ ਨਹੀਂ ਸੀ ਪਤਾ ਕਿ ਇੰਨੀ ਛੇਤੀ ਸਾਡਾ ਪੁੱਤ ਸਾਨੂੰ ਛੱਡ ਕੇ ਚਲੇ ਜਾਵੇਗਾ। ਤੇ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ। ਉਹਨਾਂ ਕਿਹਾ ਕਿ ਸੁਨਾਮ ਹਲਕੇ ਦੇ ਜਖੇਪਲ ਪਿੰਡ ਦੇ ਵਾਸੀ ਸਿਪਾਹੀ ਤਰਲੋਚਨ ਸਿੰਘ ਜੀ ਜੋ ਡਿਊਟੀ ਦੌਰਾਨ ਹਾਦਸਾ ਗ੍ਰਸਤ ਹੋਏ ਤੇ ਜ਼ੇਰੇ ਇਲਾਜ ਸ਼ਹਾਦਤ ਪਾ ਗਏ, ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਸਰਕਾਰ ਵੱਲੋਂ ਵਾਅਦੇ ਅਨੁਸਾਰ ਹਰ ਸੰਭਵ ਮਦਦ ਕਰਾਂਗੇ। ਜਵਾਨਾਂ ਦੇ ਪਰਿਵਾਰਾਂ ਦੀ ਪਿੱਛੋਂ ਸਾਂਭ ਸੰਭਾਲ ਕਰਨਾ ਸਾਡੀ ਸਰਕਾਰ ਦਾ ਪਹਿਲਾ ਫਰਜ਼ ਹੈ। ਸੋ ਫੌਜੀ ਜਵਾਨ ਤਰਲੋਚਨ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਜਿਨ੍ਹਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦੇ ਪਿੰਡ ਅੰਤਿਮ ਸੰਸਕਾਰ ਕੀਤਾ ਗਿਆ। 2013 ਦੇ ਵਿੱਚ ਭਰਤੀ ਕਰਾਇਆ ਸੀ ਜੀ। ਤਿੰਨ ਮੇਰੇ ਕੁੜੀਆਂ ਨੇ, ਵੱਡੀਆਂ ਨੇ, ਮੁੰਡਾ ਇਹ ਛੋਟਾ ਸੀ, ਲੜਕਾ। ਇਹ ਦੇਸ਼ ਦੀ ਰਾਖੀ ਕਰਨ ਵਾਸਤੇ ਭੇਜਿਆ। ਬੜੇ ਹੌਸਲੇ ਨਾਲ ਸਾਰੇ ਪਰਿਵਾਰ ਨੇ ਭੇਜਿਆ। ਚਲੋ, ਜੋ ਮਾਲਕ ਨੂੰ ਚੰਗਾ ਲੱਗਦਾ ਸੀ ਉਹਦੇ ਨਾਲ ਭਾਣਾ ਬੀਤ ਗਿਆ। ਅੱਜ ਇਸ ਕੁਰਬਾਨੀ ਦੇ ਮਾਣ ਕਰਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬੜਾ ਮਾਣ ਸਾਨੂੰ ਜੋ ਹੋਇਆ, ਸਾਨੂੰ ਦੇਸ਼ 'ਤੇ ਪੂਰਾ ਕੁਰਬਾਨੀ ਕਰੀ ਹੈ, ਸਾਨੂੰ ਮਾਣ ਹੈ ਪੂਰਾ। ਦੇਸ਼ ਨੂੰ ਮਾਣ ਹੁੰਦਾ ਜਿਹੜੀ ਸਾਡੀ ਫੌਜ ਆ ਸਾਡੀ ਰੱਖਿਆ ਕਰਦੀ ਹੈ। ਸਰਦਾਰ ਤਰਲੋਚਨ ਸਿੰਘ ਇਸ ਪਿੰਡ ਦਾ, ਜਖੇਪਲ ਪਿੰਡ ਦਾ ਵਸਨੀਕ ਸੀ, ਰਾਜਾ ਸਿੰਘ ਦਾ ਸਪੁੱਤਰ ਹੈ। ਘਟਨਾ ਵਾਪਰੀ ਕਿ ਉਹ ਦੌਰਾਨੇ ਇਲਾਜ ਉਹਨਾਂ ਦੀ ਮੌਤ ਹੋ ਗਈ। ਫੌਜ ਦੇ ਵਿੱਚ ਭਰਤੀ ਹੋਏ, ਬੜੀ ਆਰਥਿਕ ਮੰਦੀ ਦੇ ਵਿੱਚੋਂ ਉਸ ਸਮੇਂ 'ਚ, ਭਾਵੇਂ ਦਲਿਤਾਂ ਦੇ ਵਿੱਚੋਂ ਪੜ੍ਹਨਾ ਲਿਖਣਾ ਬੜਾ ਔਖਾ ਹੁੰਦਾ, ਪਰ ਇਸ ਪਰਿਵਾਰ 'ਚੋਂ ਉਹ ਪੜ੍ਹਾਈ ਕਰਕੇ ਆਪਣੀ ਫੌਜ ਦੇ ਵਿੱਚ ਨੌਕਰੀ ਸ਼ੁਰੂ ਕੀਤੀ, ਸਰਵਿਸ ਕੀਤੀ ਅਤੇ ਅੱਜ ਸਾਡੇ ਵਿੱਚੋਂ ਨਹੀਂ ਰਹੇ। ਪਰ ਦੇਸ਼ ਨੂੰ, ਪਿੰਡ ਵਾਸੀਆਂ ਨੂੰ, ਕਿਉਂਕਿ ਪਿੰਡ ਵਾਸੀਆਂ ਦਾ ਬਹੁਤ ਉਹਦੇ 'ਤੇ ਹੱਥ ਰਿਹਾ ਕਿ ਅੱਜ ਸਾਰੇ ਉਹਦੇ ਅੰਤਮ ਸੰਸਕਾਰ 'ਤੇ ਪਰਿਵਾਰ ਨਾਲ ਦੁੱਖ ਦੁਲਾਸਾ ਦੇਣ ਵਾਸਤੇ ਸਾਰੇ ਨਾਲ ਖੜ੍ਹੇ ਨੇ, ਕਿਉਂਕਿ ਦੇਸ਼ ਦੇ ਨਾਲ ਸਾਡਾ ਵੀ ਸਿਰ ਉੱਚਾ ਹੁੰਦਾ ਕਿ ਉਹ ਕੁਰਬਾਨੀ ਕਰਕੇ ਗਿਆ, ਕੋਈ ਪਰਿਵਾਰ ਨੂੰ ਲਾਂਭਾ ਨਹੀਂ ਖੱਟ ਕੇ ਗਿਆ। ਇਸ ਕਰਕੇ ਪਰਿਵਾਰ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਉਹ ਨਾਜ਼ੁਕ ਨੇ, ਕਿਉਂਕਿ 3-4 ਭੈਣਾਂ ਨੇ ਇਹਦੇ, ਬਜ਼ੁਰਗ ਮਾਤਾ ਪਿਤਾ ਨੇ। ਜਿਹੜਾ ਅਖੀਰਲਾ ਸਮਾਂ ਉਹ ਬਜ਼ੁਰਗਾਂ ਨੂੰ ਪੁੱਤਾਂ ਦਾ ਸਹਾਰਾ ਹੁੰਦਾ, ਅਤੇ ਅਸੀਂ ਪੂਰਾ ਇਲਾਕਾ, ਪੂਰਾ ਜਿਹੜੇ ਪਿੰਡ ਦੇ ਵਾਸੀ ਨੇ ਉਹ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਇਹਨਾਂ ਨੂੰ ਜੋ ਏਡ ਵੱਧ ਤੋਂ ਵੱਧ ਦੇ ਸਕਦੀ ਆ ਉਹ ਦੇਣ ਦੀ ਖੇਚਲ ਕਰੇ, ਅਤੇ ਜੋ ਉਹਦੇ ਡਿਊ ਬਣਦੇ ਨੇ ਉਹ ਫੌਜ ਨੇ ਜਿਹੜੇ ਦੇਣੇ ਆ ਉਹ ਵੀ ਜਲਦੀ ਇਹਨਾਂ ਨੂੰ ਦੇ ਕੇ ਜਿਹੜਾ ਅਗਲਾ ਸਹਾਰਾ ਇਹਨਾਂ ਦਾ ਉਸ ਆਰਥਿਕ ਪੱਖ ਤੋਂ ਕਾਇਮ ਰੱਖਿਆ ਜਾਵੇ, ਅਤੇ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੂੰ ਜਦੋਂ ਵੀ ਕੋਈ 15 ਅਗਸਤ ਆਉਂਦਾ, 26 ਜਨਵਰੀ ਆਉਂਦੀ ਆ, ਉਦੋਂ ਬੁਲਾ ਕੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ। ਦੇਖੋ, ਇਹ ਲੜਕਾ ਸਰਦਾਰ ਤਰਲੋਚਨ ਸਿੰਘ ਜੀ ਜੋ ਆਰਮੀ ਵਿੱਚ ਸਰਵਿਸ ਕਰ ਰਿਹਾ ਸੀ, ਕੁਛ 2 ਸਾਲ ਪਹਿਲਾਂ ਇਹ ਆਰਮੀ ਵਿੱਚ ਹੀ ਤਕਰੀਬਨ ਲੇਹ ਵਾਲੀ ਪੋਸਟਿੰਗ ਸੀ,
ਉਹ ਠੰਡ ਦੇ ਕਾਰਨ ਕੁਛ ਇਹਨੂੰ ਪ੍ਰੋਬਲਮ ਆ ਗਈ ਸੀ, ਉਸ ਤੋਂ ਬਾਅਦ ਇਹ ਬਿਮਾਰ ਰਹਿਣ ਲੱਗ ਗਿਆ। ਕਾਫੀ ਵੱਖ ਵੱਖ ਹਸਪਤਾਲਾਂ ਵਿੱਚ, ਮਿਲਟਰੀ ਹਸਪਤਾਲਾਂ ਵਿੱਚ ਵੀ ਇਹਨੇ ਆਪਣਾ ਇਲਾਜ ਕਰਵਾਇਆ। ਹੁਣ ਵੀ ਇਲਾਜ ਚੱਲ ਰਿਹਾ ਸੀ ਦਿੱਲੀ ਦਾ ਆਰਾ ਹਸਪਤਾਲ 'ਚ, ਹਾਰਟ ਪ੍ਰੋਬਲਮ ਸੀ ਕੋਈ, ਉਸ ਕਰਕੇ ਇਹਦਾ ਹਾਰਟ ਵਾਸਤੇ ਕੋਈ ਡੈਥ ਹੋ ਗਈ ਜੀ। ਬਾਕੀ ਨੇ ਜੋ ਸੇਵਾ ਕੀਤੀ ਦੇਖ ਦੀ ਤੁਹਾਨੂੰ ਪਤਾ ਹੀ ਹੈ ਜੀ, ਸੇਵਾ ਦੇ ਦੌਰਾਨ ਹੀ ਇਹਦੀ ਹੋਈ ਹੈ ਡੈਥ ਜੀ। ਪਰਿਵਾਰ ਸਾਰਾ ਇਕੱਲਾ ਲੜਕਾ ਸੀ ਜੀ, ਤਿੰਨ ਭੈਣਾਂ ਨੇ ਇਹਦੀਆਂ ਵਿਆਹੀਆਂ ਹੋਈਆਂ, ਬਹੁਤ ਗਰੀਬ ਪਰਿਵਾਰ ਆ ਜੀ ਵਿਚਾਰਾ। ਆਹ ਹਾਲਤ ਤੁਸੀਂ ਦੇਖ ਲਓ ਉਹਦੇ ਘਰ ਦੀ, ਅਤੇ ਬਹੁਤ ਜ਼ਿਆਦਾ ਗਰੀਬੀ ਹੈ ਜੀ।